ਸਰ ਬਹੁਤ ਉਤਸਾਹਿਤ ਜੀ, ਬਹੁਤ ਲੰਬੀ ਲੰਬੀ ਲਾਈਨਾਂ ਲੱਗੀਆਂ ਨੇ ਅਤੇ ਇਸ ਟਾਈਮ 'ਤੇ ਦਿੱਕਤ ਹੈ ਆ ਰਹੀ ਹੈ ਕਿਉਂਕਿ ਦੋ ਵੋਟਾਂ ਹੋ ਰਹੀਆਂ ਨੇ MLA ਦੀਆਂ ਅਤੇ MP ਦੀਆਂ, ਅਤੇ ਕੰਮ ਬਹੁਤ ਸਲੋ ਚੱਲ ਰਿਹਾ। ਹਾਲੇ ਤੱਕ ਉਹਨਾਂ ਨੇ ਐਵਰੇਜ ਹਰੇਕ ਬੂਥ 'ਤੇ 225 ਅਤੇ 250 ਦੇ ਕਰੀਬ ਵੋਟ ਪਈ ਹੈ ਇਸ ਟਾਈਮ 'ਤੇ। ਉਹ ਬਿਲਕੁਲ ਠੀਕ ਨਹੀਂ ਹੈ। ਅਗਰ ਤੁਸੀਂ ਕੈਮਰਾ ਘੁਮਾਓ, ਪੈਸਾ ਉੱਧਰ ਕੈਮਰਾ ਲਗਾਓ, ਦੇਖੋ BJP ਦਾ ਬੂਥ ਲੱਗਾ ਜੇ। ਚੋਣ ਕਮਿਸ਼ਨ ਦੀ ਹਦਾਇਤਾਂ ਹੈਗੀਆਂ ਕਿ ਸਿਵਾਏ ਚੋਣ ਨਿਸ਼ਾਨ ਦੇ BJP ਦੇ ਬਾਅਦ ਜਿਹੜਾ ਟੇਬਲ ਲੱਗੇਗਾ ਕਿਸੇ ਵੀ ਪਾਰਟੀ ਦਾ, ਕੋਈ ਹੋਰ ਉੱਥੇ ਕਿਸੇ ਤਰ੍ਹਾਂ ਦੀ ਫੋਟੋ ਜਾਂ ਕੋਈ ਹੋਰ ਲਿਖਿਆ ਨਹੀਂ ਹੋਣਾ ਚਾਹੀਦਾ। ਇਹ ਮੈਂ ਚਾਹਾਂਗਾ ਜੀ, ਕੈਮਰਾਮੈਨ ਨੂੰ ਰਿਕੁਐਸਟ, ਬਿਲਕੁਲ ਇਹ ਧੱਜੇ ਉਡਾ ਰਹੇ ਨੇ। ਦੇ ਹੈਵ ਮੇਡ ਅ ਮੌਕਰੀ ਆਫ ਦ ਇਲੈਕਸ਼ਨ ਕਮਿਸ਼ਨ। ਮੈਨੂੰ ਸਮਝ ਨਹੀਂ ਆ ਰਿਹਾ ਇਲੈਕਸ਼ਨ ਕਮਿਸ਼ਨ ਸਾਡੇ ਕਹਿਣ ਦੇ ਬਾਵਜੂਦ ਇਮੀਡੀਏਟਲੀ ਐਕਸ਼ਨ ਕਿਉਂ ਨਹੀਂ ਲੈ ਪਾ ਰਹੇ।